ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬੈਂਗਣ ਦੀ ਇੱਕ ਹੀ ਤਰੀਕੇ ਦੀ ਰੈਸਪੀ ਬਣਾ ਬਣਾ ਕੇ ਤੁਸੀਂ ਬੋਰ ਹੋਏ ਗਏ ਹੋਗੇ, ਅੱਜ ਅਸੀਂ ਤੁਹਾਡੇ ਵਾਸਤੇ ਲਾਏ ਹਾਂ ਇੱਕਦਮ ਨਈ ਰੈਸਪੀ ਦਮ ਦੇ ਬੈਂਗਣ। ਅਸੀਂ ਲਿੱਤੇ ਨੇ ਇਹਦੇ ਵਾਸਤੇ ਛੋਟੇ ਬੈਂਗਣ, ਜਿਹਨੂੰ ਪੰਜਾਬ 'ਚ ਕਹਿੰਦੇ ਹਾਂ ਬੈਗਨੀ। ਇਹਨੂੰ ਵਿੱਚੋਂ ਅਸੀਂ ਚੀਰਾ ਲਗਾਉਣਾ ਹੈ ਔਰ ਇਹਨੂੰ ਪਾਣੀ 'ਚ ਪਾ ਕੇ ਰੱਖ ਦੇਣਾ ਹੈ ਕਿ ਬੈਂਗਣ ਕਾਲੇ ਨਾ ਹੋਣ। ਹੁਣ ਅਸੀਂ ਲਾਂਗੇ ਇੱਕ ਕੜਾਹੀ ਜਾਂ ਫਿਰ ਇੱਕ ਪੈਨ, ਉਹਦੇ 'ਚ ਪਾਵਾਂਗੇ 2 ਚਮਚ ਤੇਲ। ਸਾਰੇ ਬੈਂਗਣ ਜਿਹੜੇ ਅਸੀਂ ਪਾਣੀ 'ਚ ਪਾ ਕੇ ਰੱਖੇ ਨੇ, ਤੇਲ ਗਰਮ ਹੋ ਜਾਏ ਤਾਂ ਇਹਦੇ 'ਚ ਪਾ ਦੇਵਾਂਗੇ। ਸਾਰੇ ਬੈਂਗਣ ਇਹਦੇ 'ਚ ਪਾਉਣੇ ਦੇ ਬਾਅਦ ਅਸੀਂ ਇਹਦੇ 'ਚ ਪਾਵਾਂਗੇ ਥੋੜ੍ਹਾ ਸਾ ਨਮਕ ਔਰ ਇਹਨੂੰ ਟਾਂਕ ਕੇ ਰੱਖ ਦੇਵਾਂਗੇ ਅਸੀਂ 8 ਤੋਂ 9 ਮਿੰਟ ਵਾਸਤੇ, ਜਦ ਤੱਕ ਕਿ ਬੈਂਗਣ ਹਲਕੇ ਸੌਫਟ ਨਾ ਹੋ ਜਾਣ। ਜਦ ਤੱਕ ਬੈਂਗਣ ਸਾਡੇ ਪੱਕ ਰਹੇ ਨੇ, ਅਸੀਂ ਇਹਦਾ ਮਸਾਲਾ ਤਿਆਰ ਕਰ ਲੈਂਦੇ ਹਾਂ। ਇਹਦੇ ਵਾਸਤੇ ਅਸੀਂ ਲਿੱਤੇ ਨੇ 2 ਛੋਟੇ ਪਿਆਜ਼। ਇਹਨੂੰ ਬਰੀਕ ਬਰੀਕ ਕੱਟ ਲਾਂਗੇ ਔਰ ਇਹਨੂੰ ਇੱਕ ਸਾਈਡ ਰੱਖ ਦੇਵਾਂਗੇ। ਪਿਆਜ਼ ਕੱਟ ਗਿਆ ਸਾਡਾ। ਹੁਣ ਅਸੀਂ ਲਾਂਗੇ ਇੱਕ ਮਿਕਸੀ ਦਾ ਪੋਟ, ਇਹਦੇ 'ਚ ਪਾਵਾਂਗੇ ਅਸੀਂ ਥੋੜ੍ਹੀ ਸੀ ਮੂੰਗਫਲੀ, ਇਹ ਕੱਚੀ ਮੂੰਗਫਲੀ ਹੈ। ਇਹਦੇ 'ਚ ਪਾਵਾਂਗੇ ਨਾਰੀਅਲ ਦਾ ਬੁਰਾਦਾ 1 ਛੋਟਾ ਚਮਚ, ਤੁਸੀਂ ਇੱਥੇ ਕੱਚਾ ਨਾਰੀਅਲ ਵੀ ਲੈ ਸਕਦੇ ਹੋ। ਇਹਦੇ 'ਚ ਪਾਵਾਂਗੇ 1/2 ਛੋਟਾ ਚਮਚ ਮੇਥੀ ਦੇ ਦਾਣੇ ਔਰ 1 ਛੋਟਾ ਚਮਚ ਸੁੱਕਾ ਧਨੀਆ ਸਾਬਤ। ਇਹਨੂੰ ਅਸੀਂ ਪੀਸ ਲਾਂਗੇ, ਇਹਦਾ ਪਾਊਡਰ ਬਣਾ ਲਾਂਗੇ। ਮਿਕਸੀ ਦੇ ਪੋਟ 'ਚ ਫਿਰ ਸੇ ਪਾਵਾਂਗੇ 2 ਟਮਾਟਰ ਔਰ ਇਹਨੂੰ ਵੀ ਅਸੀਂ ਪੀਸ ਲਾਂਗੇ। ਸਾਡਾ ਅੱਧਾ ਕੰਮ ਹੋ ਗਿਆ ਔਰ ਬੈਂਗਣ ਵੀ ਸਾਡੇ ਗਲ ਗਏ ਨੇ। ਇਹਨਾਂ ਨੂੰ ਅਸੀਂ ਬੰਦ ਕਰ ਦੇਵਾਂਗੇ। ਉਹਨੇ ਪੂਰੀ ਤਰੀਕੇ ਨਾਲ ਨਹੀਂ ਗਲੇ ਨੇ, ਇਹ ਅੱਧੇ ਗਲ ਚੁੱਕੇ ਨੇ। ਇਹਨੂੰ ਨਿਕਾਲ ਦੇਵਾਂਗੇ ਅਸੀਂ ਪੈਨ ਤੋਂ ਔਰ ਸੇਮ ਪੈਨ 'ਚ ਪਾਵਾਂਗੇ ਅਸੀਂ ਥੋੜ੍ਹਾ ਸਾ ਤੇਲ। ਫਿਰ ਤੋਂ ਤੇਲ ਜਦ ਚੰਗੇ ਨਾਲ ਗਰਮ ਹੋ ਜਾਏ ਤਾਂ ਇਹਦੇ 'ਚ ਅਸੀਂ ਪਾਵਾਂਗੇ ਥੋੜ੍ਹੀ ਸੀ ਹੀਂਗ, ਜਿਹੜਾ ਪਿਆਜ਼ ਕੱਟਿਆ ਸੀ ਅਸੀਂ ਉਹ ਪਾ ਲਾਂਗੇ ਔਰ ਇਹਨੂੰ ਹਲਕਾ ਭੁੰਨ ਲਾਂਗੇ। ਇਹਨੂੰ ਪੂਰੀ ਤਰੀਕੇ ਨਾਲ ਅਸੀਂ ਬਰਾਊਨ ਨਹੀਂ ਕਰਨਾ ਹੈ। ਪਿਆਜ਼ ਸਾਡਾ ਜਦ ਭੁੰਨ ਜਾਏ ਤਾਂ ਅਸੀਂ ਇਹਦੇ 'ਚ ਪਾਵਾਂਗੇ ਮਸਾਲੇ। ਇਹਦੇ 'ਚ ਪਾਵਾਂਗੇ ਅਸੀਂ ਨਮਕ, ਨਮਕ ਅਸੀਂ ਬੈਂਗਣ 'ਚ ਵੀ ਪਾਇਆ ਸੀ ਅਤੇ ਮਸਾਲੇ 'ਚ ਨਮਕ ਥੋੜ੍ਹਾ ਘੱਟ ਹੀ ਰੱਖਣਾ। ਇਹਦੇ 'ਚ ਪਾਵਾਂਗੇ 1/2 ਛੋਟਾ ਚਮਚ ਸੁੱਕਾ ਧਨੀਆ ਪਾਊਡਰ, ਥੋੜ੍ਹੀ ਸੀ ਲਾਲ ਮਿਰਚ ਔਰ ਹਲਦੀ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਫਿਰ ਇਹਦੇ 'ਚ ਅਸੀਂ ਪਾਵਾਂਗੇ ਜਿਹੜਾ ਅਸੀਂ ਮੂੰਗਫਲੀ ਵਾਲਾ ਪਾਊਡਰ ਪੀਸ ਕੇ ਰੱਖਿਆ ਸੀ, ਉਹ ਇਹਦੇ 'ਚ ਪਾ ਦੇਵਾਂਗੇ 2 ਤੋਂ 3 ਚਮਚ ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਜਿਹੜਾ ਪਾਊਡਰ ਬਚੇ ਤੁਸੀਂ ਡੱਬੀ 'ਚ ਭਰ ਕੇ ਰੱਖ ਸਕਦੇ ਹੋ, ਨੈਕਸਟ ਟਾਈਮ ਜਦ ਤੁਸੀਂ ਸਬਜ਼ੀ ਬਣਾਓ ਤਾਂ ਇਹਦੇ 'ਚ ਪਾ ਸਕਦੇ ਹੋ। ਜਦ ਮਸਾਲਾ ਚੰਗੀ ਨਾਲ ਭੁੰਨ ਜਾਏ ਤਾਂ ਇਹਦੇ 'ਚ ਪਾਵਾਂਗੇ ਟਮਾਟਰ ਦਾ ਪੇਸਟ ਔਰ ਇਹਦੇ 'ਚ ਪਾਵਾਂਗੇ ਥੋੜ੍ਹਾ ਸਾ ਪਾਣੀ। ਇਹਨੂੰ ਤਦ ਤੱਕ ਭੁੰਨ ਲਾਂਗੇ ਜਦ ਤੱਕ ਕਿ ਮਸਾਲਾ ਤੇਲ ਨਹੀਂ ਛੱਡ ਦਿੰਦਾ। ਸਬਜ਼ੀ ਦਾ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੰਨ ਗਿਆ। ਹੁਣ ਇਹਦੇ 'ਚ ਪਾਵਾਂਗੇ ਅਸੀਂ ਹਰਾ ਧਨੀਆ ਔਰ ਇਹਨੂੰ ਮਿਕਸ ਕਰ ਲਾਂਗੇ। ਇਹਦੇ 'ਚ ਪਾ ਦੇਵਾਂਗੇ ਅਸੀਂ 1 ਕੱਪ ਪਾਣੀ ਔਰ ਇਹਨੂੰ ਬੋਇਲ ਆਉਣੇ ਤੱਕ ਪਕਾ ਲਾਂਗੇ। ਪਾਣੀ 'ਚ ਬੋਇਲ ਆ ਗਿਆ। ਹੁਣ ਇਹਦੇ 'ਚ ਅਸੀਂ ਪਾਵਾਂਗੇ ਬੈਂਗਣ ਜਿਹੜੇ ਅਸੀਂ ਭੁੰਨ ਲਿੱਤੇ ਸਨ ਪਹਿਲੇ। ਇਹਨੂੰ ਮਸਾਲੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਔਰ ਇਹਨੂੰ ਟਾਂਕ ਕੇ ਰੱਖ ਦੇਵਾਂਗੇ ਅਸੀਂ 5 ਤੋਂ 7 ਮਿੰਟ ਵਾਸਤੇ, ਜਦ ਤੱਕ ਕਿ ਬੈਂਗਣ ਪੂਰੀ ਤਰ੍ਹਾਂ ਗਲ ਨਾ ਜਾਣ। ਇਹਨੂੰ ਸਿਮ ਗੈਸ 'ਤੇ ਰੱਖ ਦੇਵਾਂਗੇ ਅਸੀਂ। ਬੈਂਗਣ ਨੂੰ ਪੱਕਦੇ ਹੋਏ 8 ਤੋਂ 9 ਮਿੰਟ ਹੋ ਗਏ ਨੇ, ਅਸੀਂ ਚੈੱਕ ਕਰ ਲਾਂਗੇ ਸਾਡੇ ਬੈਂਗਣ ਪੱਕ ਚੁੱਕੇ ਨੇ। ਹੁਣ ਇਹਨੂੰ ਗਰਮਾ ਗਰਮ ਸਰਵ ਕਰਾਂਗੇ ਰੋਟੀ ਨਾਲ ਜਾਂ ਫਿਰ ਪਰਾਂਠੇ ਨਾਲ। ਤੁਹਾਨੂੰ ਵੀਡੀਓ ਕਿਵੇਂ ਜਿਹਾ ਲੱਗਿਆ? ਅਗਰ ਚੰਗਾ ਲੱਗਿਆ ਹੋਏ ਤਾਂ ਲਾਈਕ ਕਰੋ। ਅਗਰ ਚੈਨਲ ਨੂੰ ਤੁਸੀਂ ਹੁਣੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲ।